ਦੇ ਦੋਸਤੋ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਪੰਜਾਬ ਪਟਵਾਰੀ ਲਈ ਪੰਜਾਬ ਜਿੱਕੇ ਦਾ ਨੈਕਸਟ ਲੈਕਚਰ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਕਿ ਪੰਜਾਬ ਜਦੋਂ ਪੰਜਾਬ ਹਿਸਟਰੀ ਦੇ ਵਿੱਚ ਠੀਕ ਹੈ ਸਿੱਖ ਹਿਸਟਰੀ ਆਪਾਂ ਕੱਲ ਕੰਨੀ ਸਟਾਰਟ ਕਰੀ ਸੀ ਨੈਕਸਟ ਪ੍ਰੀਵੀਅਸ ਵੀਡੀਓ ਦੇ ਵਿੱਚ ਤੇ ਉਸ ਦੇ ਵਿੱਚ ਆਪਾਂ ਕਿੱਥੇ ਤੱਕ ਪੜਿਆ ਸੀ ਕਿ 10 ਸਿਕ ਸਿੱਖ ਗੁਰੂਸ ਕਿਹੜੇ-ਕਿਹੜੇ ਹੋਏ ਨੇ ਠੀਕ ਹੈ ਤੇ ਗੁਰੂ ਗੋਬਿੰਦ ਸਿੰਘ ਆਪਾਂ ਲਾਸਟ ਪੁਆਇੰਟ ਕੀ ਕਰਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਹ ਦੇਖ ਲੈਣੇ ਆਪਾਂ ਕਿ ਆਪਾਂ ਲਾਸਟ ਪੁਆਇੰਟ ਕੀ ਕੀਤਾ ਸੀਗਾ ਕੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸੋਜਣਾ ਕੀਤੀ ਸੀ ਕਦੋਂ 1699 ਈਸਵੀ ਦੇ ਵਿੱਚ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ 1699 ਈਸਵੀ ਦੇ ਵਿੱਚ ਕਿੱਥੇ ਅਨੰਦਪੁਰ ਸਾਹਿਬ ਵਿਖੇ ਤੇ ਆਪਾਂ ਸਭ ਨੂੰ ਪਤਾ ਹੈ ਉਹਦੇ ਵਿੱਚ ਉਹਨਾਂ ਨੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾਇਆ ਸੀ ਠੀਕ ਹੈ ਹੁਣ ਆਪਾਂ ਪੜ੍ਹਦੇ ਹਾਂ ਕਿ ਉਹ ਪੰਜ ਪਿਆਰੇ ਕਿਹੜੇ-ਕਿਹੜੇ ਸਨ ਕਈ ਵਾਰ ਉਹਨਾਂ ਬਾਰੇ ਵੀ ਪੇਪਰ ਦੇ ਵਿੱਚ ਪੁੱਛ ਲਿਆ ਜਾਂਦਾ ਹੈ ਕਿ ਕਿਹੜਾ ਕੋਈ ਵੀ ਇੱਕ ਪੰਜ ਪਿਆਰੇ ਦਾ ਕੋਈ ਵੀ ਇੱਕ ਪੰਜ ਪਿਆਰੇ ਵਿੱਚੋਂ ਕਿਸੇ ਵੀ ਇੱਕ ਦਾ ਨਾਮ ਪੁੱਛ ਕੇ ਕੀ ਇਹ ਕਿੱਥੋਂ ਬਿਲੋਂਗ ਕਰਦੇ ਸਨ ਠੀਕ ਹੈ ਹਾਂ ਇਹਨਾਂ ਦੀ ਸ਼ਹੀਦੀ ਕਿਹੜੇ ਜੰਗ ਲੜਦੇ ਹੋਏ ਹੋਈ ਸੀ ਤਾਂ ਆਪਾਂ ਨੂੰ ਇਹਨਾਂ ਬਾਰੇ ਨੋਲੇਜ ਹੋਣੀ ਚਾਹੀਦੀ ਹੈ ਤਾਂ ਚਲੋ ਸਟਾਰਟ ਕਰ ਦਿਆਂ ਇਹ ਦੇਖ ਸਕਦੇ ਹੋ ਜਿਵੇਂ ਕਿ ਤੁਸੀਂ ਟੇਬਲ ਦੀ ਫਾਰਮ 'ਚ ਹੈ ਤੇ ਜਦੋਂ ਵੀ ਆਪਾਂ ਕੋਈ ਟੇਬਲ ਲਰਨ ਕਰਦੇ ਆ ਮੈਂ ਤੁਹਾਨੂੰ ਹਮੇਸ਼ਾ ਇਹੀ ਕਿਹਾ ਕਿ ਕਦੇ ਵੀ ਟੇਬਲ ਨੂੰ ਹਰੀਜ਼ੋਂਟਲੀ ਯਾਦ ਕਰਨ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਤੁਹਾਨੂੰ ਕਦੇ ਵੀ ਟੇਬਲ इजीली ਯਾਦ ਨਹੀਂ ਹੋਊਗਾ ਸਭ ਤੋਂ ਪਹਿਲਾਂ ਤੁਸੀਂ ਟੇਬਲ ਨੂੰ ਵਰਟੀਕਲ ਫਾਰਮ ਦੇ ਵਿੱਚ ਯਾਦ ਕਰਨਾ ਹੈ ਫਿਰ ਉਸ ਤੋਂ ਬਾਅਦ ਆਪਾਂ ਬਾਰ-ਬਾਰ ਹਰ ਇੱਕ ਇਹਦਾ ਕਾਲਮ ਰੀਵਾਈਜ਼ ਕਰਦੇ ਜਾਵਾਂਗੇ ਜਿਸ ਦੇ ਨਾਲ ਆਪਾਂ ਨੂੰ ਸਾਰਾ ਟੇਬਲ इजीली ਯਾਦ ਹੋ ਜਾਊਗਾ ਤਾਂ ਚਲੋ ਸਟਾਰਟ ਕਰਦੇ ਆਂ ਸਭ ਤੋਂ ਪਹਿਲਾਂ ਤਾਂ ਆਪਾਂ ਨੂੰ ਪੰਜ ਪਿਆਰਿਆਂ ਦੇ ਨੇਮ ਪਤਾ ਹੋਣੇ ਚਾਹੀਦੇ ਨੇ ਕਿਹੜੇ ਨੇ ਦੇ ਆਰਮ ਧਰਮਦਾਸ ਮੋਹਕਮ ਚੰਦ ਸਾਹਿਬ ਚੰਦ ਹਿੰਮਤ ਰਾਏ ਠੀਕ ਹੈ ਕਿਹੜੇ-ਕਿਹੜੇ ਸੀ ਪੰਜ ਪਿਆਰੇ ਦੇ ਆਰਮ ਧਰਮਦਾਸ ਮੋਹਕਮ ਚੰਦ ਸਾਹਿਬ ਚੰਦ ਹਿੰਮਤ ਰਾਏ ਹੁਣ ਤੁਸੀਂ ਯਾਦ ਰੱਖਣਾ ਕਿ ਇਹ ਕਿੱਥੋਂ-ਕਿੱਥੋਂ ਬਿਲੋਂਗ ਕਰਦੇ ਸਨ ਸਭ ਤੋਂ ਪਹਿਲਾਂ ਦੇ ਆਰਮ ਜਿਹੜੇ ਸਨ ਉਹ ਲਾਹੌਰ ਤੋਂ ਸਨ ਠੀਕ ਹੈ ਰਮਦਾਸ ਕਿੱਥੋਂ ਸੀ ਹਸਤੀਨਾਪੁਰ ਦਿੱਲੀ ਤੋਂ ਆਪਾਂ ਨੂੰ ਪਤਾ ਹੈ ਦਿੱਲੀ ਦਾ ਪੁਰਾਣਾ ਨਾਮ ਸੀਗਾ ਹਸਤੀਨਾਪੁਰ ਠੀਕ ਹੈ ਹਸਤੀਨਾਪੁਰ ਦਿੱਲੀ ਵਿੱਚ ਸੀ ਤਾਂ ਹਸਤੀਨਾਪੁਰ ਤੋਂ ਸੀ ਤਰਨਦਾਸ ਮੋਹਕਮ ਚੰਦ ਕਿੱਥੋਂ ਸੀ ਦਵਾਰਕਾ ਜੋ ਕਿ ਕਿੱਥੇ ਹੈ ਗੁਜਰਾਤ ਵਿੱਚ ਸਾਹਿਬ ਚੰਦ ਕਿੱਥੇ ਸੀ ਕਿੱਥੋਂ ਦੇ ਸੀਗੇ ਬੀਦਰ ਕਰਨਾਟਕ ਤੋਂ ਤੇ ਹਿੰਮਤ رائے ਕਿੱਥੋਂ ਸੀ ਜਗਨਾਥਪੁਰੀ ਉੜੀਸਾ ਤੋਂ ਠੀਕ ਹੈ ਕਿਹੜੇ-ਕਿਹੜੇ ਆ ਲਾਹੌਰ ਹਸਤੀਨਾਪੁਰ ਦਵਾਰਕਾ ਬੀਦਰ ਤੇ ਜਗਨਾਥ ਤਾਂ ਪਰ ਫੇਰ ਦੇਖ ਲੈਣੇ ਆ ਕਿ ਪੰਜ ਪਿਆਰੀ ਕਿਹੜੇ-ਕਿਹੜੇ ਸਨ ਦੇ ਆ ਰਾਮ ਧਰਮਦਾਸ ਮੋਹਕਮਚਨ ਸਾਹਿਬ ਜੰਤ ਤੇ ਹਿੰਮਤ ਰਾਏ ਤੇ ਉਹ ਕਿੱਥੋਂ-ਕਿੱਥੋਂ ਸਨ ਲਾਹੌਰ ਹਸਤੀਨਾਪੁਰ ਦਵਾਰਕਾ ਬੀਦਰ ਜਗਨਾਥ ਲਾਹੌਰ ਹਸਤੀਨਾਪੁਰ ਦਵਾਰਕਾ ਬੀਦਰ ਜਗਨਾਥ ਲਾਹੌਰ ਹਸਤੀਨਾਪੁਰ ਦਵਾਰਕਾ ਬੀਦਰ ਜਗਨਾਥ ਐਵੇਂ ਤੁਸੀਂ ਯਾਦ ਰੱਖਣਾ ਇਸ ਨੂੰ ਫਿਰ ਹੁਣ ਉਹਨਾਂ ਦਾ ਪ੍ਰੋਫੈਸ਼ਨ ਕੀ ਸੀ ਤਾਂ ਤੁਸੀਂ ਯਾਦ ਰੱਖਣਾ ਦੇ ਆ ਰਾਮ ਕੀ ਸੀ ਸ਼ਾਪਕੀਪਰ ਠੀਕ ਹੈ ਤੇ ਧਰਮਦਾਸ ਕੀ ਸੀ ਕਿਸਾਨ ਸਨ ਉਹ ਫਾਰਮਰ ਸੀਗੇ ਤੇ ਮੋਹਕਮ ਚੰਦ ਟੇਲਰ ਸੀ ਸਾਹਿਬ ਚੰਦ ਬਾਰਬਰ ਠੀਕ ਹੈ ਨਾਈ ਦਾ ਕੰਮ ਕਰਦੇ ਸੀ ਤੇ ਹਿੰਮਤ رائے વોટર ਕੈਰੀਅਰ ਸੀ ਤਾਂ ਤੁਸੀਂ ਇਹਨਾਂ ਦਾ profession ਯਾਦ ਰੱਖਣਾ ਹੈ ਸ਼ਾਪਕੀਪਰ ਫਾਰਮਰ ਟੇਲਰ ਬਾਰਬਰ ਤੇ વોટર ਕੈਰੀਅਰ ਠੀਕ ਹੈ ਸ਼ਾਪਕੀਪਰ ਫਾਰਮਰ ਟੇਲਰ ਬਾਰਬਰ ਤੇ વોટર ਕੈਰੀਅਰ ਹੁਣ ਤੁਸੀਂ ਯਾਦ ਰੱਖਣਾ ਕਿ ਉਹਨਾਂ ਦੀ ਸ਼ਹੀਦੀ ਕਿੱਥੇ-ਕਿੱਥੇ ਹੋਈ ਸੀ ਤਾਂ ਤੁਸੀਂ ਯਾਦ ਰੱਖਣਾ ਕਿ ਪਹਿਲੇ ਦੋ ਜਿਹੜੇ ਪੰਜ ਪਿਆਰੇ ਸੀ ਉਹਨਾਂ ਦੀ ਸ਼ਹੀਦੀ ਹੋਈ ਸੀ ਨੰਦੇੜ ਦੇ ਵਿੱਚ ਦੇ ਲਾਸਟ ਤਿੰਨ ਦੀ ਚਮਕੌਰ ਸਾਹਿਬ ਦੀ ਲੜਾਈ ਲੜਦੇ ਹੋਏ ਠੀਕ ਹੈ ਪਹਿਲੇ ਦੋ ਦਿਨ ਨੰਦੇੜ ਦੇ ਵਿੱਚ ਤੇ ਲਾਸਟ ਤਿੰਨ ਦੀ ਚਮਕੌਰ ਸਾਹਿਬ ਦੇ ਵਿੱਚ ਤਾਂ ਤੁਸੀਂ ਹੁਣ ਹਰੀਜ਼ਨਟਲੀ ਆਪਾਂ ਯਾਦ ਕਰਦੇ ਹਾਂ ਇਸ ਟੇਬਲ ਨੂੰ ਸਭ ਤੋਂ ਪੰਜ ਪਿਆਰਿਆਂ ਚ ਸਭ ਤੋਂ ਪਹਿਲੇ ਸਨ ਦੇ ਆਰਮ ਠੀਕ ਹੈ ਕਿੱਥੋਂ ਦੇ ਬਿਲੋਂਗ ਕਰਦੇ ਸਨ ਲਾਹੌਰ ਤੋਂ ਉਹਨਾਂ ਦਾ ਪ੍ਰੋਫੈਸ਼ਨ ਕੀ ਸੀ ਉਹ ਇੱਕ ਦੁਕਾਨਦਾਰ ਸੀਗੇ ਸ਼ਾਪਕੀਪਰ ਸੀ ਤੇ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਸੀ ਨੰਦੇੜ ਸਾਹਿਬ ਵਿਖੇ ਠੀਕ ਹੈ ਜਿੱਥੇ ਗੁਰਗੋਬਿੰਦ ਸਿੰਘ ਜੀ ਵੀ ਸ਼ਹੀਦ ਹੋਏ ਸਨ ਠੀਕ ਹੈ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਕਿੱਥੇ ਸਮਾਈ ਸੰਨਡੇੜ ਮਹਾਰਾਸ਼ਟਰ ਵਿੱਚ ਉੱਥੇ ਹੀ ਦੇ ਆਰਾਮ ਤੇ ਧਰਮਦਸ ਜੀ ਦੀ ਵੀ ਸ਼ਹੀਦੀ ਹੋਈ ਸੀ ਨੈਕਸਟ ਹੈ ਧਰਮਦਸ ਉਹ ਕਿੱਥੋਂ ਸੀ ਹਸਤੀਨਾਪੁਰ ਦਿੱਲੀ ਤੋਂ ਪੇਸ਼ੇ ਵਜੋਂ ਉਹ ਇੱਕ ਕਿਸਾਨ ਸਨ ਤੇ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਨੰਦੇੜ ਸਾਹਿਬ ਵਿਖੇ ਫਿਰ ਹੈ ਮੁਕੰਮ ਜੰਦ ਉਹ ਕਿੱਥੋਂ ਦੀਪੀ ਲੋਂਗ ਕਰਦੇ ਸਨ ਦਵਾਰਿਕਾ ਗੁਜਰਾਤ ਤੋਂ ਉਹਨਾਂ ਦਾ ਪ੍ਰੋਫੈਸ਼ਨ ਕੀ ਸੀ ਇੱਕ ਟੇਲਰ ਸਨ ਤੇ ਉਹ ਕਿੱਥੇ ਸ਼ਹੀਦ ਹੋਏ ਸਨ ਚਮਕੌਰ ਸਾਹਿਬ ਵਿੱਚ ਫਿਰ ਹੈ ਸਾਹਿਬ ਜੰਦ ਕਿੱਥੋਂ ਦੇ ਬਿਲੋਂਗਰ ਦੇ ਸਨ ਬੀਦਰ ਕਰਨਾਟਕ ਤੋਂ ਉਹਨਾਂ ਦਾ ਪ੍ਰੋਫੈਸ਼ਨ ਕੀ ਸੀ ਉਹ ਬਾਰਬਰ ਸਨ ਤੇ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਚਮਕੌਰ ਸਾਹਿਬ ਵਿਖੇ ਫਿਰ ਹੈ ਹਿੰਮਤ رائے ਉਹ ਕਿੱਥੋਂ ਦੇ ਬਿਲੋਂਗਰ ਦੇ ਸਨ ਜਗਨਾਥਪੁਰੀ ਉੜੀਸਾ ਤੋਂ ਉਹਨਾਂ ਦਾ ਪ੍ਰੋਫੈਸ਼ਨ ਕੀ ਸੀ ਉਹ ਇੱਕ ਵਾਟਰ ਕੈਰੀਅਰ ਸਨ ਤੇ ਉਹਨਾਂ ਦੀ ਸ਼ਹੀਦੀ ਕਿੱਥੇ ਹੋਈ ਚਮਕੌਰ ਸਾਹਿਬ ਵਿਖੇ ਤੁਸੀਂ ਇਸ ਸਟੇਬਲ ਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਨੈਕਸਟ ਆਪਾਂ ਕਰਦੇ ਹਾਂ ਕਿ ਆਪਾਂ ਨੂੰ ਪਤਾ ਹੈ ਖਾਲਸਾ ਪੰਥ ਦੀ ਸਥਾਪਨਾ ਵੇਲੇ ਗੁਰੂ ਗੋਬਿੰਦ ਸਿੰਘ ਜੀ ਨੇ ਇਹਨਾਂ ਪੰਜ ਪਿਆਰਿਆਂ ਨੂੰ ਪੰਜ ਕਕਾਰ ਧਾਰਨ ਕਰਾਇਸੀ ਠੀਕ ਹੈ ਉਹ ਪੰਜ ਕਕਾਰ ਕਿਹੜੇ-ਕਿਹੜੇ ਨੇ ਕਚਹਿਰਾ ਕੜਾ ਕਿਰਪਾਨ ਪੰਗਾ ਤਕੇਸ਼ ਠੀਕ ਹੈ ਇਹ ਯਾਦ ਰੱਖਨੇ ਤੁਸੀਂ ਆਪਾਂ ਪੰਜਾਬ ਤੋਂ ਬਿਲੋਂਗ ਕਰਦੇ ਆਂ ਤਾਂ ਆਪਾਂ ਨੂੰ ਇਨਕਨੋਲੇਜ ਤਾਂ ਹੋਣੀ ਚਾਹੀਦੀ ਹੈ ਠੀਕ ਹੈ ਇਹ ਯਾਦ ਹੀ ਹੁੰਦਾ ਵੈਸੇ ਮੋਸਟਲੀ ਜੇ ਨਹੀਂ ਵੀ ਆ ਤੁਸੀਂ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈਣਾ ਹੁਣ ਆਪਾਂ ਪੜਾਂਗੇ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਜੇ ਤੁਸੀਂ ਇਹਨੂੰ ਟ੍ਰਿਕ ਦੇ ਨਾਲ ਯਾਦ ਕਰਨਾ ਬਹੁਤ ਚੰਗੀ ਤਰ੍ਹਾਂ ਠੀਕ ਹੈ ਤਾਂ ਆਪਾਂ ਇਹਦੇ ਉੱਤੇ ਇੱਕ ਲੱਗ ਤੋਂ ਵੀਡੀਓ ਬਣਾਈ ਹੋਈ ਹੈ ਤੁਸੀਂ ਉਹਨੂੰ ਵੀ ਜਾ ਕੇ ਸੁਣ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਉਹਦਾ ਲਿੰਕ ਠੀਕ ਹੈ ਜੇ ਮੋਟਾ-ਮੋਟਾ ਯਾਦ ਕਰਨਾ ਹੈ ਐਸੇ ਉਹਦੇ ਵਿੱਚ ਟ੍ਰਿਕ ਦੇ ਵਿੱਚ ਵਧੀਆ ਟ੍ਰਿਕ ਦੇ ਨਾਲ ਵਧੀਆ ਸਮਝਾਇਆ ਗਿਆ ਹੈ ਆਈ نو ਉਸ ਵੀਡੀਓ ਦੀ ਸਪੀਡ ਥੋੜੀ ਸਲੋ ਹੈ ਠੀਕ ਹੈ ਤੁਸੀਂ ਉਹਦੀ ਸਪੀਡ ਫਾਸਟ ਕਰਕੇ 1.25 ਸਪੀਡ ਤੇ ਉਹਨੂੰ ਵੀਡੀਓ ਨੂੰ ਦੇਖਣਾ ਤੁਹਾਨੂੰ ਪੱਕਾ ਯਾਦ ਹੋ ਜਾਊਗਾ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਿਹੜੀਆਂ-ਕਿਹੜੀਆਂ ਲੜਾਈਆਂ ਲੜੀਆਂ ਸੀਰੀਅਲ ਆਰਡਰ ਦੇ ਵਿੱਚ ਤੇ ਕਦੋਂ-ਕਦੋਂ ਲੜੀਆਂ ਗਈਆਂ ਸਨ ਇਸ ਵੀਡੀਓ ਦੇ ਵਿੱਚ ਠੀਕ ਹੈ ਮੈਂ ਜਸਟ ਇਹਨੂੰ ਰਿਪੀਟ ਕਰਾਂਗੀ ਜੇ ਡਿਟੇਲ ਦੇ ਵਿੱਚ ਤੁਸੀਂ ਉਹਨੂੰ ਦੇਖਣਾ ਹੈ ਤਾਂ ਉਸ ਵੀਡੀਓ ਨੂੰ ਤੁਸੀਂ ਦੇਖ ਸਕਦੇ ਹੋ ਨੈਕਸਟ ਹੈ ਗੋਮੀ ਸਿੰਘ ਜਿਨੇ ਕਿਹੜੀ ਕਿਹੜੀ ਬੈਟਲਜ਼ ਲੜੀਆਂ ਤਾਂ ਸਭ ਤੋਂ ਪਹਿਲਾਂ ਸੀਰੀਅਲ ਆਰਡਰ ਦੇ ਵਿੱਚ ਯਾਦ ਹੋਣਾ ਚਾਹੀਦਾ ਤੁਹਾਨੂੰ ਪੰਗਾਣੀ ਨਦੌਨ ਅਨੰਦਪੁਰ ਨਿਰਮੋ ਬਸੋਲੀ ਨੈਕਸਟ ਹੈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਚਮਕੌਰ ਸਾਹਿਬ ਦੀ ਲੜਾਈ ਤੇ ਕਿਦਰਾਨਾ ਦੀ ਲੜਾਈ ਆਪਾਂ ਇਹਨੂੰ ਕਿਵੇਂ ਯਾਦ ਕੀਤਾ ਸੀ ਜੇ ਤੁਸੀਂ ਉਹ ਵੀਡੀਓ ਦੇਖੀ ਹੋਵੇ ਆਪਾਂ ਇਹਨੂੰ ਯਾਦ ਕੀਤਾ ਸੀ ਇੱਕ ਸੈਂਟੈਂਸ ਦੇ ਰਾਹੀਂ ਕਿਹੜਾ ਸੈਂਟੈਂਸ ਸੀਗਾ ਉਹ ਪੰਗ ਨਾਲ ਆਨੰਦ ਹੀ ਪੰਗ ਪੀ ਕੇ ਆਨੰਦ ਆ ਜਾਂਦਾ ਠੀਕ ਹੈ ਪੰਗ ਨਾਲ ਆਨੰਦ ਮੋ ਬਸ ਆਨੰਦਪੁਰ ਚਮਕੇ ਖੁਦ ਠੀਕ ਹੈ ਇਹ ਕੀਤਾ ਸੀ ਆਪਾਂ ਪੰਗ ਤਾਂ ਹੋ ਗਿਆ ਸੀ ਪੰਗਾਣੀ ਦੀ ਲੜਾਈ ਨਾਲ ਤਾਂ ਹੋ ਗਿਆ ਸੀ ਨਦੌਣ ਦੀ ਲੜਾਈ ਆਨੰਦਤ ਹੋ ਗਿਆ ਸੀ ਆਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਮੋਹਤੋ ਹੋ ਗਿਆ ਸੀ ਨਿਰਮੋਹ ਦੀ ਲੜਾਈ ਬਸਤੋ ਹੋ ਗਿਆ ਸੀ ਬਸੋਲੇ ਦੀ ਲੜਾਈ ਆਨੰਦਪੁਰਤ ਹੋ ਗਿਆ ਸੀ ਆਨੰਦਪੁਰ ਦੀ ਦੂਜੀ ਲੜਾਈ ਚਮਕੇਤ ਹੋ ਗਿਆ ਸੀ ਚਮਕੌਰ ਦੀ ਲੜਾਈ ਖੁੱਦਤੋ ਹੋ ਗਿਆ ਸੀ ਕਿਦਰਾਣਾ ਦੀ ਲੜਾਈ ਤਾਂ ਤੁਸੀਂ ਉਹ ਵੀਡੀਓ ਦੇਖ ਲੈਣਾ ਜੇ ਤੁਸੀਂ ਡਿਟੇਲ ਦੇ ਵਿੱਚ ਇਸ ਟੌਪਿਕ ਨੂੰ ਕਰਨਾ ਹੈ ਤਾਂ ਆਪਾਂ ਦੇਖਦੇ ਹਾਂ ਸਭ ਤੋਂ ਪਹਿਲਾਂ ਪੰਗਾਨੀ ਦੀ ਲੜਾਈ ਕਦੋਂ ਹੋਈ ਤੁਸੀਂ ਯਾਦ ਰੱਖਣਾ ਪਹਿਲੀਆਂ ਦੋ ਲੜਾਈਆਂ ਜਿਹੜੀਆਂ ਹੋਈਆਂ ਸੀ ਉਹ ਖਾਲਸਾ ਪੰਥ ਦੀ ਸਥਾਪਨਾ ਤੋਂ ਪਹਿਲਾਂ ਹੋਈਆਂ ਹੋਈਆਂ ਤੇ ਬਾਕੀ ਦੀਆਂ ਜਿਹੜੀਆਂ ਲੜਾਈਆਂ ਉਹ ਖਾਲਸਾ ਪੰਥ ਦੀ ਸਥਾਪਨਾ ਤੋਂ ਬਾਅਦ ਹੋਈਆਂ ਸੀ ਠੀਕ ਹੈ ਪਹਿਲੀ ਲੜਾਈ ਹੋਈ ਪੰਗਾ ਨਹੀਂ ਦੀ ਲੜਾਈ ਕਦੋਂ ਹੋਈ 1688 ਈਸਵੀ ਦੇ ਵਿੱਚ ਇਹ ਕਿਹਦੇ ਕਿਹਦੇ ਵਿੱਚ ਹੋਈ ਸੀ ਗੁਰੂ ਗੋਬਿੰਦ ਸਿੰਘ ਜੀ ਤੇ ਦੂਜੇ ਧਿਰ ਵਿੱਚ ਕੌਣ ਸੀ ਰਾਜਾ ਭੀਮਚੰਦ ਤੇ ਹੋਰ ਪਹਾੜੀ ਰਾਜੇ ਇਸ ਦੇ ਵਿੱਚ ਕੌਣ ਜਿੱਤਿਆ ਸੀ ਗੁਰੂ ਗੋਬਿੰਦ ਸਿੰਘ ਜੀ ਠੀਕ ਹੈ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਭੀਮਚੰਦ ਤੇ ਬਾਕੀ ਜਿਹੜੇ ਪਹਾੜੀ ਰਾਜੇ ਸੀ ਉਹ ਗੁਰੂ ਗੋਬਿੰਦ ਸਿੰਘ ਜੀ ਨਾਲ ਉਹਨਾਂ ਨੇ ਮਿੱਤਰਤਾ ਕਰ ਲਈ ਸੀ ਤੇ ਨੈਕਸਟ ਜਿਹੜਾ ਸੀਗਾ ਉਹਦੇ ਵਿੱਚ ਨੈਕਸਟ ਯੁੱਧ ਦੇ ਵਿੱਚ ਇਹੀ ਪਹਾੜੀ ਰਾਜ ਜਿਹੜੇ ਕਿ ਇਸ ਯੁੱਧ ਦੇ ਵਿੱਚ ਉਹਨਾਂ ਦੇ ਅਗੇਂਸਟ ਲੜੇ ਨੈਕਸਟ ਯੁੱਧ ਦੇ ਵਿੱਚ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਾਥ ਦਿੱਤਾ ਸੀ ਠੀਕ ਹੈ ਨਦੌਨ ਦੀ ਲੜਾਈ 2 ਸਾਲ ਬਾਅਦ ਲੜੀ ਗਈ 1690 ਈਸਵੀ ਦੇ ਵਿੱਚ ਕਿਹਦੇ ਕਿਹਦੇ ਵਿੱਚ ਲੜੀ ਗਈ ਗੁਰੂ ਗੋਬਿੰਦ ਸਿੰਘ ਜੀ ਭੀਮ ਚੰਦ ਤੇ ਪਹਾੜੀ ਰਾਜ ਇੱਕ ਸਾਈਡ ਤੇ ਸਨ ਤੇ ਦੂਜੀ ਸਾਈਡ ਸੇ ਸਾਈਡ ਤੇ ਕੌਣ ਸੀ ਮੁਗਲਾਂ ਦਾ ਸੈਨਾਪਤੀ ਆਲੀਫ ਖਾਨ ਤੇ ਇਹਦੇ ਵਿੱਚ ਰਿਜ਼ਲਟ ਕੀ ਨਿਕਲਿਆ ਆਲੀਫ ਖਾਨ ਹਾਰ ਗਿਆ ਸੀ ਨੈਕਸਟ ਹੈ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ 1701 ਫਿਰਦਵਾਰ ਤੋਂ 2 ਸਾਲਾਂ ਸੋਰੀ ਖਾਲਸਾ ਪੰਥ ਦੀ ਸਥਾਪਨਾ ਆਪਾਂ ਨੂੰ ਪਤਾ 1699 ਦੇ ਵਿੱਚ ਹੋਈ ਉਸ ਤੋਂ 2 ਸਾਲਾਂ ਦਾ ਗੈਪ ਹੈ 1721 ਦੇ ਵਿੱਚ ਹੋਈ ਠੀਕ ਹੈ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਕਿਦੇ ਕਿਦੇ ਵਿੱਚ ਹੋਈ ਗੁਰੂ ਗੋਬਿੰਦ ਸਿੰਘ ਜੀ ਇੱਕ ਸਾਈਡ ਤੇ ਸੀ ਤੇ ਰਾਜਾ ਭੀਮਚੰਦ ਫਿਰਦਵਾਰ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਅਗੇਂਸਟ ਹੋ ਗਿਆ ਸੀ ਜਦੋਂ ਉਹਨਾਂ ਨੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਆਪਣਾ ਇੱਕ ਅਲੱਗ ਰਿਲੀਜਨ ਬਣਾਣਾ ਚਾਹੁੰਦੇ ਆਪਣੀ ਕਲਾਬ ਸੈਨਾ ਬਣਾਉਣਾ ਚਾਹੁੰਦੇ ਨੇ ਤਾਂ ਭੀਮਚੰਦ ਉਹਨਾਂ ਦੇ ਅਗੇਂਸਟ ਹੋ ਗਿਆ ਸੀ ਫਿਰਦਵਾਰ ਤੋਂ ਤਾਂ ਅਨੰਦਪੁਰ ਸਾਹਿਬ ਦੀ ਪਹਿਲੀ ਲੜਾਈ ਵਿੱਚ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਅਗੇਂਸਟ ਉਹਨਾਂ ਲੜੀ ਸੀ ਉਹਨੇ ਤੇ ਬਾਕੀ ਪਹਾੜੀ ਰਾਜੇ ਵੀ ਭੀਮਚੰਦ ਦੇ ਨਾਲ ਹੀ ਮਿਲੇ ਹੋਏ ਸਨ ਤੇ ਇਸ ਲੜਾਈ ਦੇ ਵਿੱਚ ਕੌਣ ਜਿੱਤਿਆ ਸੀ ਗੁਰੂ ਗੋਬਿੰਦ ਸਿੰਘ ਜੀ ਫਿਰ ਹੈ ਨਿਰਮੋਹ ਦੀ ਲੜਾਈ ਠੀਕ ਹੈ ਨਿਰਮੋਹ ਦੀ ਲੜਾਈ 1702 ਅਗਲੇ ਸਾਲ ਹੀ ਹੋਈ 1702 ਵਿੱਚ ਇਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਅਗੇਂਸਟ ਕੌਣ ਕੌਣ ਲੜਿਆ ਸੀ ਰਾਜਾ ਭੀਮਚੰਦ ਤੇ ਉਹਦੇ ਨਾਲ ਮੁਗਲ ਸੈਨਾ ਵੀ ਮਿਲੀ ਹੋਈ ਸੀ ਤੇ ਇਹਦੇ ਵਿੱਚ ਜਿੱਤਿਆ ਕੌਣ ਸੀ ਗੁਰੂ ਗੋਬਿੰਦ ਸਿੰਘ ਜੀ ਨੈਕਸਟ ਹੈ ਬਸੌਲੀ ਦੀ ਲੜਾਈ ਬਸੌਲੀ ਦੀ ਲੜਾਈ ਇਹ ਵੀ 1702 ਤੋਂ ਤੁਸੀਂ ਯਾਦ ਰੱਖਣਾ ਹੈ ਦੋ ਦੋ ਵਾਰ ਰਿਪੀਟ ਹੋਊਗਾ ਠੀਕ ਹੈ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਰਾਜਾ ਭੀਮਚੰਦ ਦੇ ਅਗੇਂਸਟ ਗੁਰੂ ਗੋਬਿੰਦ ਸਿੰਘ ਜੀ ਨੇ ਲੜੀ ਰਾਜਾ ਭੀਮਚੰਦ ਦੇ ਅਗੇਂਸਟ ਠੀਕ ਹੈ ਇਹਦੇ ਵਿੱਚ ਕੌਣ ਜਿੱਤੇ ਅਸੀਂ ਗੁਰੂ ਗੋਬਿੰਦ ਸਿੰਘ ਜੀ ਇਹਦਾ ਰਿਜ਼ਲਟ ਕੀ ਨਿਕਲਿਆ ਸੀ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਕਲਮੋਟ ਦਾ ਜਿਹੜਾ ਕਿਲਾ ਵੈ ਉਹ ਕੈਪਚਰ ਕਰ ਲਿਆ ਸੀ ਨੈਕਸਟ ਹੈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਗੁਰਗੋਬਿੰਦ ਸਿੰਘ ਜੀ ਤੇ ਪਹਾੜੀ ਰਾਜਾਂ ਵਿੱਚ ਹੋਈ ਪਹਾੜੀ ਰਾਜੇ ਔਰ ਮੁਗਲ ਫੋਰਸ ਵਿੱਚ ਹੋਈ ਠੀਕ ਹੈ ਤੇ ਇਹਨਾਂ ਦਾ ਨੇਤ੍ਰਿਤਵ ਕੌਣ ਕਰਦਾ ਪਿਆ ਸੀ ਵਜੀਰ ਖਾਨ ਤੇ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਗੁਰਗੋਬਿੰਦ ਸਿੰਘ ਜੀ ਨੂੰ ਆਪਣਾ ਕਿਲਾ ਛੱਡਣਾ ਪਿਆ ਸੀ ਠੀਕ ਹੈ ਆਨੰਦਪੁਰ ਸਾਹਿਬ ਦਾ ਅਨੰਦਗੜ੍ਹ ਕਿਲਾ ਚੜ੍ਹਨਾ ਪਿਆ ਤੇ ਇਸ ਯੁੱਧ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਤੇ ਫਤਿਹ ਸਿੰਘ ਨੂੰ ਸਰਹਿੰਦ ਦੀਆਂ ਨੀਹਾਂ ਦੇ ਵਿੱਚ ਚਿਨਵਾ ਦਿੱਤਾ ਗਿਆ ਸੀ ਨੈਕਸਟ ਹੈ ਚਮਕੌਰ ਦੀ ਲੜਾਈ ਚਮਕੌਰ ਦੀ ਲੜਾਈ ਗੁਰਗੋਬਿੰਦ ਸਿੰਘ ਜੀ ਤੇ ਮੁਗਲ ਫੌਜਾਂ ਵਿਚਕਾਰ ਹੋਈ ਇਸ ਦੇ ਵਿੱਚ ਗੁਰਗੋਬਿੰਦ ਸਿੰਘ ਜੀ ਦੇ ਦੋ ਦੂਜੇ ਸਾਹਿਬਜ਼ਾਦੇ ਅਜੀਤ ਸਿੰਘ ਤੇ ਜੁਝਾਰ ਸਿੰਘ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਫਿਰ ਹੈ ਖਿਦਰਾਣਾ ਦੀ ਲੜਾਈ ਖਿਦਰਾਣਾ ਜਿਹਨੂੰ ਆਪਾਂ ਮੁਖ्तਸਰ ਕਹਿੰਦੇ ਆ ਇਹ ਗੁਰੂ ਗੋਬਿੰਦ ਸਿੰਘ ਜੀ ਤੇ ਮੁਗਲਾਂ ਦੇ ਖਿਲਾਫ ਹੋਈ ਇਹਦਾ ਰਿਜ਼ਲਟ ਕੀ ਨਿਕਲਿਆ ਕਿ ਸਿੱਖ ਸਿੱਖਾਂ ਨੇ ਮੁਗਲਾਂ ਨੂੰ ਹਰਾ ਦਿੱਤਾ ਸੀ ਠੀਕ ਹੈ ਤੇ ਜਿਹੜੇ 40 ਸਿੱਖ ਜਿਹੜੇ ਲੜਦੇ-ਲੜਦੇ ਸ਼ਹੀਦ ਹੋ ਗਏ ਸੀ ਉਹਨਾਂ ਨੂੰ ਮੁਕਤਿਆਂ ਦਾ ਨਾਮ ਦਿੱਤਾ ਗਿਆ 40 ਮੁਕਤੇ ਕਿਹਾ ਗਿਆ ਤਾਂ ਇਨ ਸ਼ਾਰਟ ਤੁਸੀਂ ਯਾਦ ਰੱਖਣਾ ਇਹਨਾਂ ਨੂੰ ਸੀਰੀਅਲ ਆਰਡਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀਆਂ ਜਿੰਨੀਆਂ ਵੀ 8 ਲੜਾਈਆਂ ਹੋਈਆਂ ਠੀਕ ਹੈ ਤੇ ਉਹਨਾਂ ਦਾ ਟਾਈਮ ਯਾਦ ਰੱਖਣਾ ਹੈ ਕਦੋਂ ਕਿਹੜੀ ਲੜਾਈ ਹੋਈ ਤੇ ਮੈਂ ਤੁਸੀਂ ਇਹ ਯਾਦ ਰੱਖਣਾ ਵਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਕਿ ਕਿਸ ਵਾਰ ਦੇ ਵਿੱਚ ਕੌਣ ਜਿੱਤਿਆ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਸਿਰਫ ਦੋ ਯੁੱਧਾਂ ਦੇ ਵਿੱਚ ਹੀ ਨਹੀਂ ਜਿੱਤੇ ਸਨ ਕਿਹੜੇ-ਕਿਹੜੇ ਅਨੰਦਪੁਰ ਸਾਹਿਬ ਦੀ ਦੂਜੀ ਲੜਾਈ ਕਿਉਂਕਿ ਆਪਾਂ ਨੂੰ ਪਤਾ ਹੈ ਕਿ ਉਹਨਾਂ ਦੇ ਸਾਹਿਬਜ਼ਾਦਿਆਂ ਨੂੰ ਨੀਹਾਂ 'ਚ ਛਿਣਵਾ ਦਿੱਤਾ ਗਿਆ ਸੀ ਉੱਥੇ ਕਲੀਅਰ ਹੋ ਜਾਂਦਾ ਕਿ ਕੌਣ ਜਿੱਤਿਆ ਹੋਗਾ ਮੁਗਲ ਸੈਨਾ ਜਿੱਤੀ ਹੋਗੀ ਤੇ ਉਸ ਤੋਂ ਇਲਾਵਾ ਚਮਕੌਰ ਦੀ ਲੜਾਈ ਇਸ ਦੇ ਵਿੱਚ ਪਹਾੜੀ ਰਾਜੇ ਤੇ ਮੁਗਲ ਸੈਨਾ ਜਿੱਤੀ ਸੀ ਬਾਕੀ ਸਾਰੇ ਜਿੰਨੇ ਵੀ ਆਪਾਂ ਕਿਤੇ ਨੇ ਉਹਨਾਂ ਸਾਰੇ ਯੁੱਧਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ ਠੀਕ ਹੈ ਤੇ ਤੁਸੀਂ ਇਹਨਾਂ ਤਿੰਨ ਬੈਟਲਸ ਦੇ ਰਿਜ਼ਲਟ ਯਾਦ ਰੱਖਣੇ ਆ ਕਿ ਆਨੰਦਪੁਰ ਸਾਹਿਬ ਦੇ ਵਿੱਚ ਕੌਣ ਸ਼ਹੀਦ ਹੋਇਆ ਸੀ ਕਿਹੜੇ ਕਿਹੜੇ ਸਾਹਿਬਜ਼ਾਦਿਆਂ ਨੂੰ ਨਿਹਾਦੇਜ ਦੇ ਵਿੱਚ ਚਿਨਵਾਇਆ ਗਿਆ ਸੀ ਤੇ ਚਮਕੌਰ ਦੀ ਲੜਾਈ ਦੇ ਵਿੱਚ ਕਿਹੜੇ ਕਿਹੜੇ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਤੇ ਕਿਧਰਾਨਾ ਦੀ ਲੜਾਈ ਦੇ ਵਿੱਚ 40 ਮੁਕਤੇ ਸ਼ਹੀਦ ਹੋਏ ਸੀ ਇਹ ਰਿਜ਼ਲਟ ਤੁਸੀਂ ਜ਼ਰੂਰੀ ਯਾਦ ਰੱਖਣਾ ਤਾਂ ਇੱਥੇ ਤੱਕ ਆਪਾਂ ਪੜਿਆ ਕਿ ਖਾਲਸਾ ਪੰਥ ਦੀ ਸਥਾਪਨਾ ਬਾਰੇ ਪੜਿਆ ਕਿ ਕਿਹੜੇ ਕਿਹੜੇ ਪੰਜ ਪਿਆਰੇ ਸਨ ਉਹਨਾਂ ਦਾ profession ਉਹ ਕਿੱਥੋਂ ਦੀ ਬਿਲੋਂਗ ਕਰਦੇ ਸਨ ਤੇ ਉਹਨਾਂ ਦੀ ਸ਼ਹੀਦੀ ਕਿਹੜੇ ਥਾਂ ਤੇ ਹੋਈ ਤੇ ਉਸ ਤੋਂ ਇਲਾਵਾ ਪੰਜ ਕਕਾਰ ਕਿਹੜੇ ਕਿਹੜੇ ਹਨ ਉਸ ਤੋਂ ਇਲਾਵਾ ਆਪਾਂ ਪੜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੀਆਂ ਲੜਾਈਆਂ ਕਿਹੜੀਆਂ ਕਿਹੜੀਆਂ ਹੋਈਆਂ ਕਿੱਥੇ ਕਿੱਥੇ ਹੋਈਆਂ ਤੇ ਉਹਨਾਂ ਦੇ ਕੀ ਰਿਜ਼ਲਟ ਨਿਕਲੇ ਇਸ ਤੋਂ ਨੈਕਸਟ ਵੀਡੀਓ ਦੇ ਵਿੱਚ ਆਪਾਂ ਪੜਾਂਗੇ ਆਪਣਾ ਨੈਕਸਟ ਟੌਪਿਕ ਬੰਦਾ ਸਿੰਘ ਬਹਾਦਰ ਬਾਰੇ ਠੀਕ ਹੈ ਤਾਂ ਇਹ ਸੀ ਆਪਣੀ ਅੱਜ ਦੀ ਵੀਡੀਓ ਜੇ ਤੁਹਾਨੂੰ ਅੱਜ ਦਾ ਕੰਟੈਂਟ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਐਂਡ ਆਪਣੇ ਫਰੈਂਡਸ ਨਾਲ ਵੀਡੀਓ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਥੈਂਕ ਯੂ